ਕਰੋੜਾਂ ਸੁਪਨੇ ਉਹਦੇ ਨਾਲ ਹੀ ਪੈਦਾ ਹੁੰਦੇ ਅਤੇ ਜਦੋਂ ਕਰੋੜਾਂ ਸੁਪਨੇ ਟੁੱਟਦੇ ਆ ਇੱਕ ਮਾਂ ਬਾਪ ਦੇ, ਤੁਸੀਂ ਸੋਚੋ ਵੀ ਉਹ ਮਾਂ ਬਦਲ ਸਕਦੀ। ਮੈਂ ਹਰ ਰੋਜ਼ ਅਰਦਾਸ ਕਰਦੀ, ਹਰ ਰੋਜ਼ ਕਰਦੀ। ਕੱਲ੍ਹ ਮੇਰਾ ਪੂਰਾ ਦਿਨ ਗੁਰਦੁਆਰੇ ਮੰਦਰਾਂ 'ਚ ਗਿਆ ਵੀ ਸੱਚੇ ਪਾਤਸ਼ਾਹ ਆਹ ਦੁੱਖ ਕਿਸੇ ਮਾਂ ਨੂੰ ਨਾ ਦਿਖਾ, ਆਹ ਦੁੱਖ ਕਿਸੇ ਬਾਪ ਨੂੰ ਨਾ ਦਿਖਾ। ਜਦੋਂ ਔਲਾਦ ਜਾਂਦੀ ਹੈ ਇਹ ਮਾਂ ਪਿਓ ਨੂੰ ਖੌਫ ਹੀ ਖਤਮ ਕਰ ਦਿੰਦਾ। ਇੱਕ ਸਾਹ ਵਗਦੇ ਹੁੰਦੇ ਬੁੱਤ ਤੁਰਦਾ ਹੁੰਦਾ। ਹੁਣ ਮੇਰਾ ਬੇਟਾ ਹੈ, ਉਹਨੂੰ ਕਿਡਨੀ ਦੀਆਂ ਪ੍ਰੋਬਲਮ ਨੇ ਦੋਨੇ, ਉਹ ਬੈੱਡ 'ਤੇ ਇਸ ਟਾਈਮ। ਇਹ ਸਾਰੀ ਮੀਡੀਆ ਤੋਂ ਉੱਤੇ ਗੱਲ ਹੈ, ਇਹ ਸਾਰੀ ਫੇਮ ਤੋਂ ਉੱਤੇ ਗੱਲ ਹੈ, ਇਹ ਸਾਰੇ ਕਾਸੇ ਤੋਂ ਉੱਤੇ ਗੱਲ, ਜਿਹਦੇ 'ਚ ਕੋਈ ਲਾਲਚ ਨਹੀਂ, ਕੋਈ ਫੇਮ ਨਹੀਂ, ਕੋਈ ਗਾਇਕੀ ਨਹੀਂ, ਕੋਈ ਕੁਛ ਵੀ ਨਹੀਂ। ਜਸਵਿੰਦਰ ਬਰਾੜ ਜੀ ਮੈਮ ਪਹੁੰਚੇ ਹੋਏ ਨੇ, ਸੋ ਉਹਨਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ, ਕਿਉਂਕਿ ਮੋਰਚਾ ਜਿੱਦਾਂ ਗੱਲ ਕਰ ਲਈਏ ਕਿ ਕਲਾਕਾਰਾਂ ਦਾ, ਸਾਰਿਆਂ ਲੋਕਾਂ ਦਾ, ਪੰਜਾਬੀਆਂ ਦਾ। ਸੋ ਜਸਵਿੰਦਰ ਬਰਾੜ ਮੈਮ ਸਾਡੇ ਨਾਲ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ ਤੁਸੀਂ? ਹਾਂ ਵੀਰੇ ਮੈਂ ਠੀਕ ਹਾਂ, ਠੀਕ ਹਾਂ। ਮੈਮ ਕੀ ਕਹਿਣਾ ਚਾਹੋਗੇ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਅੱਜ ਜਿਹੜੀ ਇਹ ਰੈਲੀ ਕੱਢੀ ਜਾ ਰਹੀ ਹੈ, ਟਰੈਕਟਰ ਰੈਲੀ, ਗੱਡੀਆਂ ਦੀ ਰੈਲੀ, ਕੀ ਕਹਿਣਾ ਚਾਹੋਗੇ? ਭਾਵੇਂ ਸਿੱਧੂ ਵੱਲੋਂ ਜੋ ਐਲਾਨ ਸੀ ਕਿ ਆਪਾਂ ਰੈਲੀ ਕੱਢਣੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਤੁਸੀਂ ਆਪ ਹੀ ਵੇਖੋ, ਜਿਹੜਾ ਭਾਵੇਂ ਸਿੱਧੂ ਨੂੰ ਐਲਾਨ ਕੀਤਾ ਸੀ ਵੀ ਸਿੱਧੂ ਨੂੰ ਸ਼ੁਭ ਨੂੰ ਕਿੰਨਾ ਪਿਆਰ ਕਰਦੇ ਆ ਲੋਕ, ਮੌਸਮ ਵੀ ਕਿੰਨਾ ਖਰਾਬ ਸੀ, ਮੀਂਹ ਉੱਤੇ ਲੋਕਾਂ ਦੇ ਪਈ ਗਿਆ ਹੈ ਨਾ, ਪਰ ਕੋਈ ਹਿੱਲਿਆ ਨਹੀਂ। ਇੱਥੋਂ ਪਤਾ ਲੱਗਦਾ ਵੀ ਕੁਛ ਲੋਕ ਇੱਥੇ ਵੱਸਦੇ ਹੁੰਦੇ ਆ, ਅਤੇ ਇੱਥੋਂ ਆਪਾਂ ਧੱਕੇ ਨਾਲ ਕਿਸੇ ਨੂੰ ਨਹੀਂ ਕੱਢ ਸਕਦੇ ਹੈ ਨਾ। ਇਹ ਚੀਜ਼ ਇੱਥੋਂ ਬਸ ਇੱਥੋਂ ਹੀ ਸਾਬਤ ਹੁੰਦੀ ਹੈ ਵੀ ਧੱਕੇ ਨਾਲ ਕਿਸੇ ਨੂੰ ਆਪਾਂ ਇੱਥੋਂ ਨਹੀਂ ਕੱਢ ਸਕਦੇ। ਬਾਕੀ ਸਿੱਧੂ ਮੂਸੇਵਾਲੇ ਨੂੰ ਸਾਰੀ ਦੁਨੀਆ ਨੇ ਪਿਆਰ ਕੀਤਾ, ਸਾਰਾ ਇਹੋ ਜਿਹੇ ਕੋਈ ਲੋਕ ਨਹੀਂ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੇ ਸਿੱਧੂ ਨੂੰ ਨਾ ਪਿਆਰ ਕਰਦੇ ਹੋਣ। ਕੀ ਕਹਿਣਾ ਚਾਹੋਗੇ ਅਗਰ ਅੱਜ ਸਿੱਧੂ ਜਿਉਂਦਾ ਹੁੰਦਾ ਤਾਂ ਅੱਜ ਜਿੱਦਾਂ ਬਹੁਤ ਘੱਟ ਕਲਾਕਾਰ ਇਸ ਅੰਦੋਲਨ ਦੇ ਵਿੱਚ ਹਿੱਸਾ ਬਣ ਰਹੇ ਨੇ, ਕਿਉਂਕਿ ਕਲਾਕਾਰ ਕਹਿੰਦੇ ਅਸੀਂ ਡਰਦੇ ਹਾਂ ਕਿਤੇ ਪਰਚੇ ਨਾ ਹੋ ਜਾਣ, ਤੁਹਾਨੂੰ ਕੀ ਲੱਗਦਾ ਅਗਰ ਸਿੱਧੂ ਅੱਜ ਜਿਉਂਦਾ ਹੁੰਦਾ ਤਾਂ ਕੀ ਹੁੰਦਾ? ਕੁਛ ਕੁ ਕਲਾਕਾਰਾਂ ਦੀਆਂ ਮਜ਼ਬੂਰੀਆਂ, ਕਈਆਂ ਦੇ ਪ੍ਰੋਗਰਾਮ ਵੀ ਹੋਣਗੇ ਹੈ ਨਾ, ਵੀ ਮੈਂ ਦੋਸ਼ ਦੇਣ ਤੋਂ ਪਹਿਲਾਂ ਵੀ ਇਹ ਥੋੜ੍ਹੀ ਵੀ ਜੇ ਮੈਂ ਆ ਗਈ ਤਾਂ ਮੈਂ ਦੂਜਿਆਂ ਨੂੰ ਗੁਨਾਹਗਾਰ ਬਣਾਉਂਗੀ ਹੈ ਨਾ, ਨਹੀਂ। ਕਈਆਂ ਦੇ ਮਤਲਬ ਪ੍ਰੋਗਰਾਮ ਹੋਣਗੇ, ਕਈਆਂ ਦੀਆਂ ਕਈ ਫੈਮਿਲੀ ਮਜ਼ਬੂਰੀਆਂ ਹੁੰਦੀਆਂ ਨੇ ਹੈ ਨਾ, ਅਤੇ ਮੇਰੇ ਖਿਆਲ ਆਉਣਗੇ ਹੌਲੀ ਹੌਲੀ, ਕਈ ਵਾਰ ਘਰੋਂ ਨਿਕਲਣ ਲਈ ਟਾਈਮ ਲੱਗ ਜਾਂਦਾ, ਆਉਣਗੇ। ਬਹੁਤ ਕਲਾਕਾਰ ਜਿਸ ਤਰ੍ਹਾਂ ਗੀਤ ਵੀ ਕੱਢਦੇ ਨੇ ਪਰ ਗੀਤ ਬੈਨ ਕਰ ਰਹੇ ਨੇ, ਸਰਕਾਰਾਂ ਬੈਨ ਕਰ ਰਹੀਆਂ ਨੇ, ਜਿਸ ਤਰ੍ਹਾਂ ਪਹਿਲਾਂ ਇੱਕ ਆਵਾਜ਼ ਬੁਲੰਦ ਹੋ ਰਹੀ ਸੀ ਪੂਰੇ ਪੰਜਾਬ ਦੀ, ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੂੰਜਿਆ ਕਿਸਾਨੀ ਅੰਦੋਲਨ, ਹੁਣ ਜਿੱਦਾਂ ਕਲਾਕਾਰ ਕੋਈ ਗੀਤ ਕੱਢਦਾ ਉਹ ਬੈਨ ਕਰ ਦਿੱਤਾ ਜਾਂਦਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇੱਕ ਵਾਰ ਮੈਂ ਮੂੰਗੀ ਦੀ ਦਾਲ ਬਣਾਈ, ਫੈਮਿਲੀ ਨੂੰ ਨਹੀਂ ਪਸੰਦ ਆਈ, ਉਹਨਾਂ ਨੇ ਬਾਹਰ ਚਲਾ ਕੇ ਮਾਰੀ, ਪਰ ਮੈਨੂੰ ਪਤਾ ਵੀ ਆ ਇਹ ਦਾਲ ਮੇਰੀ ਫੈਮਿਲੀ ਲਈ ਗੁੱਡ ਆ, ਮੈਂ ਹਫ਼ਤੇ ਬਾਅਦ ਫਿਰ ਬਣਾ ਲਈ, ਫਿਰ ਬਾਹਰ ਸੁੱਟਤੀ। ਪਰ ਜੇ ਮੈਂ ਆਪਣੀ ਫੈਮਿਲੀ ਦਾ ਚੰਗਾ ਚਾਹੁੰਦੀ ਹਾਂ ਤਾਂ ਮੈਂ ਉਹ ਬਾਹਰ ਸੁੱਟਣ ਤੋਂ ਨਹੀਂ ਡਰੂੰਗੀ, ਮੈਂ ਬਣਾਈ ਜਾਊਂਗੀ, ਮੈਂ ਬਣਾਈ ਜਾਊਂਗੀ, ਮੈਂ ਬਣਾਈ ਜਾਊਂਗੀ, ਮੈਂ ਬਣਾਈ ਜਾਊਂਗੀ। ਜਿਹੜੀ ਕਲਮ ਹੈ ਨਾ ਕਦੇ ਨਹੀਂ ਟੁੱਟਦੀ, ਹਰ ਚੀਜ਼ ਦੁਨੀਆਂ 'ਤੇ ਟੁੱਟਦੀ ਹੈ ਪਰ ਕਲਮ ਕਦੇ ਨਹੀਂ ਟੁੱਟਦੀ। ਉਹ ਮੂੰਗੀ ਦੀ ਦਾਲ ਵਾਂਗੂ ਗਾਈ ਚਲੋ ਬਣਾਈ ਚਲੋ, ਗਾਈ ਚਲੋ ਬਣਾਈ ਚਲੋ, ਠੀਕ ਹੈ ਵੀ ਔਖਾ ਹੁੰਦਾ ਕਈ ਵਾਰ, ਆਪਣਾ ਪੇਸ਼ੈਂਸ ਵੀ ਜਵਾਬ ਦੇ ਜਾਂਦਾ ਹੈ ਨਾ, ਕਈ ਵਾਰ ਆਪਾਂ ਨੂੰ ਗੁੱਸਾ ਵੀ ਆਉਂਦਾ, ਪਰ ਨਹੀਂ, ਹਰ ਚੀਜ਼ ਆਉਣ ਤੋਂ ਪਹਿਲਾਂ ਇੱਕ ਮਿੰਟ ਦਿਮਾਗ ਨੂੰ ਦਿਓ, ਜਿਹੜਾ ਕੰਮ ਸ਼ਾਂਤੀ ਨਾਲ ਹੋ ਸਕਦਾ ਨਾ। ਅੱਛਾ ਜਿੱਦਾਂ ਸ਼ੁਭ ਕਰਨ, ਸ਼ੁਭਦੀਪ, ਹੁਣ ਸ਼ੁਭ ਕਰਨ ਦੀ ਡੈਥ ਹੋਈ, ਪਹਿਲਾਂ ਸਿੱਧੂ ਮੂਸੇ ਵਾਲਾ ਸ਼ੁਭ ਕਰਨ ਦੀ ਹੋਈ, ਸਾਡੇ ਬਠਿੰਡੇ ਦਾ ਬੇਟਾ ਸੀ ਜੀ,
ਸਾਡੇ ਘਰ ਤੋਂ ਥੋੜ੍ਹੀ ਦੂਰ ਹੀ ਹੈ। ਦੇਖੋ ਜੀ, ਮੈਂ ਇੱਕ ਮਾਂ ਹਾਂ, ਮੇਰੇ ਬੱਚੇ ਨੇ, ਹੈ ਨਾ, ਵੀ ਸਭ ਤੋਂ ਵੱਧ ਫੀਲਿੰਗ ਇੱਕ ਮਾਂ ਨੂੰ ਆ ਸਕਦੀ ਹੈ ਵੀ ਜਦੋਂ, ਜਾਂ ਭੈਣਾਂ ਨੂੰ ਆ ਸਕਦੀ ਹੈ, ਹੈ ਨਾ, ਜਾਂ ਜਿਹੜਾ ਜਿਹੜਾ ਉਹਨਾਂ ਦਾ ਪਿਓ ਹੁੰਦਾ ਉਹਨਾਂ ਨੂੰ ਆ ਸਕਦੀ, ਜਦੋਂ ਉਹਨਾਂ ਦਾ ਖੂਨ ਉਹਨਾਂ ਦੇ ਸ਼ੇਰ ਆਏ ਜਾਂਦੇ ਆ, ਅਤੇ ਕਿੰਨੀ ਤਕਲੀਫ ਹੁੰਦੀ ਹੈ। ਹੁਣ ਮੇਰਾ ਬੇਟਾ, ਉਹਨੂੰ ਕਿਡਨੀ ਦੀਆਂ ਪ੍ਰੋਬਲਮ ਨੇ ਦੋਨੇ, ਉਹ ਬੈੱਡ 'ਤੇ ਇਸ ਟਾਈਮ, ਅਤੇ ਮੇਰਾ ਖਿਆਲ ਮੇਰੇ ਤੋਂ ਵੱਡਾ ਦੁੱਖ ਕੋਈ ਨਹੀਂ ਸਮਝ ਸਕਦਾ ਹੁਣ ਵੀ ਕਾਲਾ ਆਪਦਾ ਦੁੱਖ ਕੀ ਹੁੰਦਾ। ਬਸ ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ ਵੀ ਜਦੋਂ ਔਲਾਦ ਜਾਂਦੀ ਹੈ ਇਹ ਮਾਂ ਪਿਓ ਨੂੰ ਖੌਫ ਹੀ ਖਤਮ ਕਰ ਦਿੰਦਾ। ਇੱਕ ਸਾਹ ਵਗਦੇ ਹੁੰਦੇ, ਬੁੱਤ ਤੁਰਦਾ ਹੁੰਦਾ, ਤੁਹਾਡੀਆਂ ਅੱਖਾਂ ਦੇ ਵਿੱਚ ਨਵੀਂ ਆ ਗਈ, ਅਸੀਂ ਸਮਝ ਸਕਦੇ ਹਾਂ ਕਿ, ਅਤੇ ਮੈਂ ਹਰ ਉਸ ਮਾਂ ਬਾਪ ਦੇ ਨਾਲ ਹਾਂ ਜਿਨ੍ਹਾਂ ਦੀ ਭਾਵੇਂ ਉਹ ਨਸ਼ੇ ਕਰਕੇ ਉਹਨਾਂ ਦੀ ਔਲਾਦ ਗਈ ਹੈ, ਭਾਵੇਂ ਉਹ ਗੋਲੀ ਕਰਕੇ ਗਈ ਹੈ, ਭਾਵੇਂ ਕਿਸੇ ਕਰਕੇ, ਪਰ ਮੈਂ ਕਹਿੰਦੀ ਮਹਾਰਾਜ ਇਹ ਦੁਖਾਂਤ ਕਿਸੇ ਵੀ ਮਾਂ ਬਾਪ ਨੂੰ ਨਾ ਦੇਈ, ਕਿਉਂਕਿ ਜਦੋਂ ਉਹਨੂੰ ਪੈਦਾ ਕਰਦੇ ਆ ਨਾ ਔਲਾਦ ਨੂੰ, ਕਰੋੜਾਂ ਸੁਪਨੇ ਉਹਦੇ ਨਾਲ ਹੀ ਪੈਦਾ ਹੁੰਦੇ, ਅਤੇ ਜਦੋਂ ਕਰੋੜਾਂ ਸੁਪਨੇ ਟੁੱਟਦੇ ਆ ਇੱਕ ਮਾਂ ਬਾਪ ਦੇ, ਤਾਂ ਤੁਸੀਂ ਸੋਚੋ ਵੀ ਉਹ ਮਾਂ ਬਾਪ। ਮੈਂ ਹਰ ਰੋਜ਼ ਅਰਦਾਸ ਕਰਦੀ, ਹਰ ਰੋਜ਼ ਕਰਦੀ। ਕੱਲ੍ਹ ਮੇਰਾ ਪੂਰਾ ਦਿਨ ਗੁਰਦੁਆਰੇ ਮੰਦਰਾਂ 'ਚ ਗਿਆ ਵੀ ਸੱਚੇ ਪਾਤਸ਼ਾਹ ਆਹ ਦੁੱਖ ਕਿਸੇ ਮਾਂ ਨੂੰ ਨਾ ਦਿਖਾ, ਆਹ ਦੁੱਖ ਕਿਸੇ ਬਾਪ ਨੂੰ ਨਾ ਦਿਖਾ। ਬਸ ਮੈਂ ਆਹੀ ਕਹਾਂਗੀ ਵੀ ਆਹ ਦੁੱਖ ਕਿਸੇ ਮਾਂ ਨੂੰ ਨਾ ਦੇ। ਇੱਕ ਮਾਂ ਹੀ ਜਾਣ ਸਕਦੀ ਹੈ ਆਪਣੇ ਪੁੱਤ ਦਾ ਦੁੱਖ। ਇਹ ਸਾਰੀ ਮੀਡੀਆ ਤੋਂ ਉੱਤੇ ਗੱਲ ਹੈ, ਇਹ ਸਾਰੀ ਫੇਮ ਤੋਂ ਉੱਤੇ ਗੱਲ ਹੈ, ਇਹ ਸਾਰੇ ਕਾਸੇ ਤੋਂ ਉੱਤੇ ਗੱਲ, ਜਿਹਦੇ 'ਚ ਕੋਈ ਲਾਲਚ ਨਹੀਂ, ਕੋਈ ਫੇਮ ਨਹੀਂ, ਕੋਈ ਗਾਇਕੀ ਨਹੀਂ, ਕੋਈ ਕੁਛ ਵੀ ਨਹੀਂ। ਪਰ ਮੈਂ ਇਹ ਕਹਿੰਦੀ ਹਾਂ ਵੀ ਇਹ ਦੁੱਖ ਕਿਸੇ ਨੂੰ ਨਾ ਦਿਓ, ਕਿਸੇ ਮਾਂ ਬਾਪ ਤੋਂ ਕਿਸੇ ਦੀ ਔਲਾਦ ਨਾ ਖੋ। ਸੋ ਤੁਸੀਂ ਕਾਇਮ ਰਹੋ ਜੀ, ਪਰਮਾਤਮਾ ਸਾਹਿਬ ਠੀਕ ਹੈ। ਸੋ ਇਹ ਸੀ ਜੀ ਆਪਣੇ ਨਾਲ ਜਸਵਿੰਦਰ ਬਰਾੜ ਮੈਮ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦੇ ਹੋਏ ਇਮੋਸ਼ਨਲ ਹੋ ਗਏ ਸੀ, ਅੱਖਾਂ ਦੇ ਵਿੱਚ ਹੰਝੂ ਆ ਗਏ ਸੀ। ਸੋ ਬੜਾ ਦਿਲ ਦੇ ਵਿੱਚ ਉਹਨਾਂ ਦੇ ਇੱਕ ਦਰਦ ਸੀ। ਸੋ ਕਿਸ ਤਰ੍ਹਾਂ ਤੁਸੀਂ ਦੇਖਿਆ ਜਸਵਿੰਦਰ ਬਰਾੜ ਜੀ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ, ਉਹ ਕਿੱਦਾਂ ਦੀ ਲੱਗੀ ਗੱਲਬਾਤ, ਤੁਸੀਂ ਵੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ। ਕੀ ਕਹਿਣਾ ਚਾਹੋਗੇ ਤੁਸੀਂ ਇਸ ਅੰਦੋਲਨ ਬਾਰੇ, ਜਸਵਿੰਦਰ ਬਰਾੜ ਬਾਰੇ? ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਸੋ ਹੁਣ ਮੈਨੂੰ ਦੇ ਜੱਜ ਕੈਮਰਾਮੈਨ ਬਿੱਟੂ ਰਾਣਾ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ, ਮੋਹਾਲੀ।